ਸਾਡੇ ਬੱਚੇ ਕਲੱਬਾਂ ਦੇ ਵਿੱਚ ਚਲੇ ਗਏ। ਅੱਛਾ, ਅਤੇ ਬਹੁਤ ਬੱਚੇ ਸਾਡੇ ਕਲੱਬਾਂ 'ਚ ਗਏ ਨੇ, ਮਿਲਦੇ ਆ, ਬਹੁਤ ਉੱਡ ਕੇ ਮਿਲਦੇ ਆ। ਅੱਛਾ, ਹਾਂ, ਕੁੜੀਆਂ ਵੀ ਸਾਡੀਆਂ ਤਕਰੀਬਨ ਕਰੋਨੇ ਤੋਂ ਪਹਿਲਾਂ ਹਰ ਸਾਲ 4-5 ਕੁੜੀਆਂ ਨੈਸ਼ਨਲ ਖੇਡ ਕੇ ਆਉਂਦੀਆਂ ਸੀ। ਹਾਂਜੀ, ਮਤਲਬ ਪਿੰਡ 'ਚ ਨੈਸ਼ਨਲ ਪਲੇਅਰ ਵੀ ਹੈ? ਹਾਂਜੀ, ਉਹ ਇੰਟਰਨੈਸ਼ਨਲ ਪਲੇਅਰ ਵੀ ਹੈ ਜੀ ਪਿੰਡ 'ਚ। ਹਾਂਜੀ, ਅੱਛਾ, ਪ੍ਰਭ ਸੁਖਨ ਗੋਲਕੀਪਰ ਹੋਇਆ ਵਰਲਡ ਕੱਪ ਦਾ, ਜਿਹੜਾ ਆਪਣੇ ਹੋਏ ਸੀ ਅੰਡਰ 17 ਦਾ, ਉਹ ਗੋਲਕੀਪਰ ਸੀਗਾ ਸੈਕਿੰਡ। ਅੱਛਾ, ਗੋਲਕੀਪਰ ਸੀ ਪਿੰਡ 'ਚ ਰਹਿੰਦੇ? ਨਾ ਜੀ, ਉਹ ਤਾਂ ਕਲੱਬਾਂ 'ਚ, ਕੋਈ ਕੇਰਲਾ ਖੇਡਦਾ, ਕੋਈ ਬੰਗਲੌਰ ਖੇਡਦਾ, ਕੋਈ ਇਸ ਤਰ੍ਹਾਂ ਕਲੱਬਾਂ ਲਏ ਹੋਏ ਆ ਸਾਰੇ ਬੰਦੇ। ਕਦੇ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ, ਸਾਡਾ ਬੱਚਾ ਕੋਈ ਫੋਨ ਦੇ ਵਿੱਚ ਰੁੱਝਿਆ ਹੋਇਆ ਉਹ ਹਟ ਜਾਂਦਾ, ਕੋਈ ਕੁਰਕਰੇ ਖਾਂਦਾ, ਕੋਈ ਲੇਜ਼ ਖਾਂਦਾ, ਮਾੜੀ ਚੀਜ਼ਾਂ ਖਾਂਦੇ ਆ। ਹੁਣ ਇੱਥੋਂ ਦੀ ਡਾਇਟ ਦੱਸ ਰਹੇ ਅਸੀਂ, ਹੁਣ ਬੱਚਾ ਉੱਥੋਂ ਡਾਇਟ ਉਹੀ ਖਾਂਦਾ, ਫਿਰ ਘਰਦੇ ਨੂੰ ਕਹਿੰਦਾ ਮੈਂ ਬਨਾਨਾ ਸੇਬ ਬਣਾਓ, ਮੈਨੂੰ ਕੇਲੇ ਦਿਓ, ਅੰਡਿਆਂ ਇੱਗ ਵਗੈਰਾ ਸਾਰਾ ਕੁਛ, ਅਤੇ ਇਹ ਚੀਜ਼ਾਂ ਲੈ ਕੇ ਵੀ ਬਹੁਤ ਚੰਗਾ ਸਮਝਦੇ ਵੀ ਬੱਚਾ ਟਾਈਮ ਸਿਰ ਸੌ ਜਾਂਦਾ, ਟਾਈਮ ਸਿਰ ਉੱਠਦਾ। ਇਆਲੀ ਸਾਹਿਬ ਨੇ ਸਾਡਾ ਬਣਾਇਆ ਸੀ ਇਹ, ਸਾਂਭਣਾ ਫਰਜ ਆਪਣਾ। ਇਆਲੀ ਸਾਹਿਬ ਬਹੁਤ ਨਾਂ ਸੁਣਿਆ। ਹਾਂਜੀ ਹਾਂਜੀ, ਉਹਨਾਂ ਨੇ ਤਿਆਰ ਕਰਵਾਇਆ ਸੀ, ਬਾਕੀ ਸਾਂਭ ਸੰਭਾਲ ਸਾਡੀ ਕਲੱਬ ਕਰਦੀ ਆ, ਅਤੇ ਦੋ ਤਿੰਨ ਬੰਦੇ ਪੱਕੇ ਡੇਲੀ ਰੱਖੇ ਹੋਏ ਆ, ਅਤੇ ਮਹੀਨੇ ਦੀ ਪੇ ਉਹਨਾਂ ਨੂੰ ਦਿੰਦੇ, ਮਹੀਨੇ ਮਹੀਨੇ ਉਹਨਾਂ ਨੇ ਪਾਣੀ ਲਾਉਣਾ। ਦੇਖੋ ਕਿੰਨੀ ਗਰਮੀ ਦੇ ਵਿੱਚ ਦਿੱਲੀ ਪਈ ਆ ਗਰਾਊਂਡ, ਪਾਣੀ ਲਾਉਣਾ, ਫੁਆਰੇ ਲੱਗੇ ਸਾਡੇ ਲਾ ਦੇਣੇ ਆ ਵੱਡੀਆਂ ਮੋਟਰਾਂ ਨੇ, ਅਤੇ ਕਿਸੇ ਨੂੰ ਘਾਹ ਕੱਟਣਾ ਸਾਰੇ ਉਹਦਾ ਜੀ। ਇੱਕ ਕੋਚ ਹੋਵੇ ਵਧੀਆ ਬੱਚਿਆਂ ਨੂੰ, ਅਥਲੈਟ ਦਾ ਕੋਚ ਹੋਵੇ, ਇਕੱਲਾ ਫੁੱਟਬਾਲ ਨਾ ਹੋਵੇ। ਕਈ ਬੱਚੇ ਭੱਜਣ 'ਚ ਚੰਗੇ ਹੁੰਦੇ ਆ, ਕੋਈ ਵਾਲੀਬਾਲ ਚੰਗਾ ਹੁੰਦਾ, ਕੋਈ ਬਸ ਹਰ ਇੱਕ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਸਾਡਾ ਮਾਹੌਲ ਆ, ਸਾਨੂੰ ਹਰ ਤਰ੍ਹਾਂ ਦੇ ਕੋਚ ਚਾਹੀਦੇ। ਬਸ ਉਹ ਸਪੋਰਟ ਕਰੇ ਗੌਰਮੈਂਟ ਤਾਂ ਪਹਿਲੀ ਗੱਲ ਤਾਂ ਇਹੀ ਚਾਹੀਦੀ ਆ ਵੀ ਜਿੱਥੇ ਪਲੇਅਰ ਜ਼ਿਆਦਾ ਨੇ ਉੱਥੇ ਸਪੋਰਟ ਕਰਨੀ ਚਾਹੀਦੀ। ਹਾਂਜੀ, ਅਤੇ ਬਾਕੀ ਕੋਚ ਦੇਣ, ਬਾਕੀ ਸਮਾਨ ਦੇਣ ਖੇਡਣ ਦਾ ਸਾਰਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖਦੇ ਪਏ ਹੋ ਸਾਡਾ ਪੰਜਾਬ ਕੈਨੇਡਾ ਟੀਵੀ। ਪਹੁੰਚੇ ਹੋਏ ਹਾਂ ਖੇਡ ਮੈਦਾਨ ਦੇ ਵਿੱਚ, ਭਾਵੇਂ ਕਿ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੱਤਾ, ਪਰ ਹੁਣ ਮੌਕੇ 'ਤੇ ਖੇਡ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਕੋਚ ਸਾਹਿਬਾਨ ਦੇ ਵੱਲੋਂ ਬੱਚਿਆਂ ਨੂੰ, ਪਲੇਅਰਸ ਨੂੰ ਸਿੱਖਿਆ ਦਿੱਤੀ ਜਾਂਦੀ ਹੈ, ਨਾਲ ਦੀ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਨਾਲ ਦੀ ਨਾਲ ਦਿਲਚਸਪ ਨਜ਼ਾਰਾ ਦੇਖਦੇ ਰਹਾਂਗੇ। ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਕੀ ਨਾਮ ਆਪਣਾ? ਬਲਰਾਜ ਸਿੰਘ। ਬਲਰਾਜ ਜੀ, ਹਾਂਜੀ ਬਲਰਾਜ ਜੀ, ਇੱਕ ਤਾਂ ਇਹ ਮੈਦਾਨ ਦੇਖ ਕੇ ਮੈਨੂੰ ਲੱਗਦਾ ਆਪਣੇ ਆਪ ਹੀ ਖੇਡਣ ਨੂੰ ਜੀ ਕਰ, ਹਾਂਜੀ ਹਾਂਜੀ। ਦੂਜੀ ਗੱਲ, ਜਿਹੜਾ ਇਹ ਬੱਚਿਆਂ ਦੇ ਪ੍ਰੋਪਰ ਤੁਸੀਂ ਡਰੈਸਅਪ ਕੀਤਾ ਹੋਇਆ, ਅਤੇ ਮੈਨੂੰ ਲੱਗਦਾ ਪਿਆ ਇਹ ਜ਼ਿਆਦਾ ਵੀ ਵੱਡੀ ਉਮਰ ਦੇ ਬੱਚੇ ਹੈ ਨਹੀਂ ਗੇ। ਨਾ ਜੀ, ਇਹ ਬਸ 9 ਸਾਲ ਤੋਂ ਲੈ ਕੇ 12-13 ਸਾਲ ਤੱਕ, 2-4 ਬੱਚੇ 16 ਸਾਲ ਦੇ ਹੁਣ। ਅੱਛਾ, ਇਹ ਜੇਕਰ ਗੱਲ ਕੀਤੀ ਜਾਵੇ, ਆਪਾਂ ਸਰਾਭਾ ਪਿੰਡ ਦੇ ਵਿੱਚ ਖੜੇ ਹਾਂ, ਕਰਤਾਰ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੀ ਤਸਵੀਰ ਲੱਗੀ ਹੋਈ ਹੈ, ਇਸ ਪਿੰਡ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਬੱਚਿਆਂ ਦੀ ਸਿਖਲਾਈ ਦਾ ਜ਼ਿੰਮਾ ਤੁਸੀਂ ਚੱਕਿਆ ਹੋਇਆ? ਹਾਂਜੀ, ਇੱਕ ਸਾਡੀ ਸਪੋਰਟਸ ਕਲੱਬ ਬਣੀ ਆ। ਅੱਛਾ, NRI ਵੀਰ ਨੇ ਉਹ ਸਪੋਰਟ ਕਰਦੇ ਆ, ਅਸੀਂ ਜਿਹੜੀ ਪਿੰਡ ਦੇ ਲੈਵਲ 'ਤੇ ਹੋਣ ਦੇ ਨਾਤੇ ਵੀ ਬੱਚਿਆਂ ਨੂੰ ਅਸੀਂ ਪ੍ਰਫੁੱਲਤ ਰੱਖੀਏ, ਗਰਾਊਂਡ ਨਾਲ ਜੋੜੀ ਰੱਖੀਏ। ਤੁਸੀਂ ਇਹਨਾਂ ਨੂੰ ਫੁੱਟਬਾਲ ਦੀ ਟ੍ਰੇਨਿੰਗ ਦਿੰਦੇ ਪਏ ਹੋ? ਹਾਂਜੀ ਹਾਂਜੀ। ਜੇ ਤੁਹਾਡੇ ਪਾਸਟ ਦੀ ਗੱਲ ਕੀਤੀ ਜਾਵੇ ਜਾਂ ਪ੍ਰੈਜ਼ੈਂਟ ਦੀ, ਐਜ਼ ਏ ਫੁੱਟਬਾਲ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਪਹਿਲਾਂ? ਐਕਸਪੀਰੀਅੰਸ ਹੀ ਰਿਹਾ ਜੀ, ਮੈਂ ਫੁੱਟਬਾਲ ਖੇਡੀ ਸਰਦਾਰ ਕਾਲਜ ਵੱਲੋਂ ਖੇਡਾ ਗਿਆ। ਅੱਛਾ, ਅਤੇ ਬਾਕੀ ਪਿੰਡ ਦੀ ਕਲੱਬਾਂ ਵੱਲੋਂ, ਆਪਣੇ ਲੋਕਲ ਕਲੱਬਾਂ ਵੱਲੋਂ, ਜਿਵੇਂ ਆਹ ਲੋਕਲ ਟੂਰਨਾਮੈਂਟ ਹੋ ਗਏ, ਇਸ ਤਰ੍ਹਾਂ ਫੁੱਟਬਾਲ ਖੇਡੀ ਆ।
ਜਿਹੜੇ ਮਤਲਬ ਦਰਸ਼ਕ ਬਹੁਤਾ ਨਹੀਂ ਜਾਣਦੇ ਫੁੱਟਬਾਲ ਬਾਰੇ, ਆਪਾਂ ਥੋੜੀ ਡੀਪਲੀ ਹੌਲੀ ਹੌਲੀ ਜਾਣਦੇ ਹਾਂ, ਜੇਕਰ ਜੇ ਕ੍ਰਿਕਟ ਦੀ ਬਹੁਤ ਸਾਰੇ ਜਾਣਦੇ ਆ ਬਈ ਜੀ, ਮੈਨੂੰ 11 ਜਾਂ 12 ਪਲੇਅਰ ਖੇਡਦੇ ਨੇ ਮੈਦਾਨ 'ਚ, ਹੈ ਨਾ, ਅਤੇ ਇੱਕ ਬੈਟਸਮੈਨ ਹੁੰਦੇ, ਦੋ ਬੈਟਸਮੈਨ ਹੁੰਦੇ, ਇੱਕ ਬੋਲਰ, ਜੇ ਇਹਦੀ ਹੁਣ ਥੋੜ੍ਹਾ ਜਿਹਾ ਓਵਰਆਲ ਜੀ ਗੱਲ ਕੀਤੀ ਜਾਵੇ, ਇਹ ਦੋ ਟੀਮਾਂ 'ਚ ਇੱਕ ਟੀਮ ਕਿੰਨੇ ਖਿਡਾਰੀ ਹੋ ਜਾਂਦੇ ਆ? ਇੱਕ ਟੀਮ ਦੇ ਵਿੱਚ ਜੀ ਖਿਡਾਰੀ 11 ਹੁੰਦੇ ਆ, 11 ਸਾਈਡਾਂ ਹੁੰਦੀਆਂ ਇਹਦੇ, ਠੀਕ ਆ, ਗਰਾਊਂਡ ਦੀਆਂ, ਹਾਂ, ਅਤੇ ਇਹਦੇ ਵਿੱਚ 7 ਸਪੇਅਰ ਹੁੰਦੇ ਜੀ, ਠੀਕ ਆ, 18 ਹੁੰਦੇ, 2 ਕੋਚ ਹੁੰਦੇ ਆ, ਠੀਕ, ਜੇ ਪ੍ਰੋਪਰ ਕਲੱਬ ਇੱਕ ਟੀਮ ਵਧੀਆ ਬਣਾਈ ਜੀ, 20 ਬੰਦੇ ਜਾਣੀ ਹੁੰਦੇ ਆ। ਜਦੋਂ ਤੁਸੀਂ ਇਹ ਮਤਲਬ ਬੱਚਿਆਂ ਨੂੰ ਪਹਿਲੀ ਵਾਰੀ ਜੁੜੇ ਹੋਣਗੇ ਤਾਂ ਕੋਈ ਮਤਲਬ ਉਹ ਸੈੱਟ ਕੀਤਾ ਹੋਇਆ ਵੀ ਇੰਨੀ ਉਮਰ ਹੋਣੀ ਚਾਹੀਦੀ, ਇੰਨਾ ਪੜ੍ਹਿਆ ਲਿਖਿਆ ਹੋਣਾ ਚਾਹੀਦਾ, ਜਿੱਦਾਂ ਸਰੀਰਕ ਫਿਟਨੈਸ ਕਿਵੇਂ ਮਤਲਬ ਬੱਚਿਆਂ ਨੂੰ ਮਾਪਦੇ ਹੋ ਤੁਸੀਂ? ਬੱਚੇ ਨੂੰ ਜੀ, ਜਿਹੜਾ ਬੱਚਾ ਹੁਣ 6-7 ਸਾਲ ਦਾ, 8 ਸਾਲ ਦਾ, ਪਰ ਜਿਵੇਂ ਉਹ ਅੱਜ ਤਾਂ ਛੱਡਿਆ ਮੇਰੇ, ਠੀਕ ਆ, ਇਹਨੂੰ ਵਾਰ ਵਾਰ ਮਤਲਬ ਕਰਾਇਆ ਸੀ ਸਾਰਿਆਂ ਨੂੰ ਵੱਡਿਆਂ ਨਾਲ ਹੀ, ਕੋਨਾ ਕੰਨ ਦੇ ਵਿੱਚ ਵੀ ਹੋਰ ਫਲੈਗਰ ਲਾ ਕੇ ਇੱਕਣੀ, ਕਿਵੇਂ ਪਾਸਿੰਗ ਦੇਣੀ ਆ, ਕਿਵੇਂ ਜਿਹੜੀ ਫੁੱਟਬਾਲ ਦੀ ABC ਤੋਂ ਸਟਾਰਟ ਕੀਤਾ। ਹੁਣ ਇਹ ਜਦੋਂ ਗੇਮ ਲਾਉਣੀ ਆ, ਹੁਣ ਇਹ ਹੁਣ ਵੱਡੇ ਲੈਵਲ ਦੇ ਇੱਧਰ ਕੱਢਤੇ, ਛੋਟੇ ਉੱਧਰ ਕੱਢਤੇ, ਠੀਕ ਆ, ਜਿਵੇਂ ਆਪਾਂ ਕਹਿੰਦੇ ਵੀ ਬੱਚਾ ਉੱਡਣਾ ਸਿੱਖ ਜੇ, ਬਾਅਦ ਵਿੱਚ ਉਡਾਰੀ ਮਾਰ ਜਾਂ ਆਪਾਂ ਸਿਖਾਉਣੀ ਹੈ। ਅੱਛਾ, ਜੇਕਰ ਮੰਨ ਕੇ ਚੱਲੀਏ ਬਾਈ, ਤੁਸੀਂ ਕਦੋਂ ਤੋਂ ਲੱਗੇ ਹੋਏ ਇਹਨਾਂ ਦੇ ਨਾਲ? ਮੈਂ ਜੀ ਤਕਰੀਬਨ ਕੋਚਿੰਗ ਦੇਣ ਤਾਂ ਮੈਂ 2009-10 ਤੋਂ ਲੱਗਿਆ ਹਾਂ। 2009-10 ਤੋਂ? ਹਾਂਜੀ, 10 ਅਤੇ 24 ਹੋ ਗਏ, ਮਤਲਬ 14 ਸਾਲ ਤਾਂ ਹੋ ਹੀ ਗਏ। ਹਾਂਜੀ ਹਾਂਜੀ। ਅੱਛਾ, 14 ਸਾਲ ਦੇ ਵਿੱਚ ਪਿੰਡ ਸਰਾਭਾ 'ਚ ਜੇਕਰ ਗੱਲ ਕੀਤੀ ਜਾਵੇ, ਕੀ ਚੰਗਾ ਮਾੜਾ ਮਤਲਬ ਚੱਲਦਾ ਰਿਹਾ? ਕੁਛ ਨਹੀਂ ਵੀ ਚੰਗਾ ਮਾੜਾ ਤਾਂ, ਜੇ ਹੁਣ ਕੋਈ ਚੰਗਾ ਨਹੀਂ ਕਹਿਣਾ ਤਾਂ ਮਾੜਾ ਕਹਿਣਾ ਵੀ ਹੁੰਦੇ ਆ, ਹਰ ਇੱਕ ਪਿੰਡ ਵਿੱਚ ਹੁੰਦੇ ਆ, ਪਰ ਜਿਹੜੀ ਚੀਜ਼ ਆਪਾਂ ਸਾਂਭੀ ਹੋਈ ਆ ਇਹਨੂੰ ਹਰੇਕ ਚੰਗਾ ਹੀ ਕਹਿੰਦਾ। ਨਹੀਂ, ਜਦੋਂ ਤੁਹਾਡੇ ਬੱਚੇ ਵੱਡੇ ਹੋ ਜਾਂਦੇ ਆ, ਉਹ ਫਿਰ ਗਰਾਊਂਡਾਂ 'ਚ ਨਹੀਂ ਆਉਂਦੇ ਜਾਂ ਮਿਲਦੇ ਆ ਬਾਹਰੋਂ, ਕਿਵੇਂ ਦਾ ਮਹਿਸੂਸ ਹੁੰਦਾ? ਸਾਡੇ ਬੱਚੇ ਜੀ ਕਲੱਬਾਂ ਦੇ ਵਿੱਚ ਲੈ ਗਏ। ਅੱਛਾ, ਅਤੇ ਬਹੁਤ ਬੱਚੇ ਸਾਡੇ ਕਲੱਬਾਂ 'ਚ ਗਏ ਨੇ, ਮਿਲਦੇ ਆ, ਬਹੁਤ ਉੱਡ ਕੇ ਮਿਲਦੇ ਆ। ਅੱਛਾ, ਹਾਂ, ਕੁੜੀਆਂ ਵੀ ਸਾਡੀਆਂ ਤਕਰੀਬਨ ਕਰੋਨੇ ਤੋਂ ਪਹਿਲਾਂ ਹਰ ਸਾਲ 4-5 ਕੁੜੀਆਂ ਨੈਸ਼ਨਲ ਖੇਡ ਕੇ ਆਉਂਦੀਆਂ ਸੀ। ਨੈਸ਼ਨਲ? ਹਾਂਜੀ, ਮਤਲਬ ਪਿੰਡ 'ਚ ਨੈਸ਼ਨਲ ਪਲੇਅਰ ਵੀ ਹੈਗੇ? ਹਾਂਜੀ, ਉਹ ਇੰਟਰਨੈਸ਼ਨਲ ਪਲੇਅਰ ਵੀ ਹੈ ਜੀ ਪਿੰਡ 'ਚ। ਹਾਂਜੀ। ਅੱਛਾ, ਪ੍ਰਭ ਸੁਖਨ ਗੋਲਕੀਪਰ ਹੋਇਆ ਵਰਲਡ ਕੱਪ ਦਾ, ਜਿਹੜਾ ਆਪਣੇ ਹੋਏ ਸੰਡਰ 70 ਦਾ, ਉਹ ਗੋਲਕੀਪਰ ਸੀਗਾ ਸੈਕਟ। ਅੱਛਾ, ਗੋਲਕੀਪਰ ਪਿੰਡ 'ਚ ਹੀ ਰਹਿੰਦੇ? ਨਾ ਜੀ, ਉਹ ਤਾਂ ਕਲੱਬਾਂ 'ਚ, ਕੋਈ ਕੇਰਲਾ ਖੇਡਦਾ, ਅੱਛਾ, ਕੋਈ ਬੰਗਲੌਰ ਖੇਡਦਾ, ਕੋਈ ਇਸ ਤਰ੍ਹਾਂ ਕਲੱਬਾਂ ਲਏ ਹੋਏ ਆ ਸਾਰੇ। ਮਤਲਬ ਬਾਈ ਜੀ, ਅਸੀਂ ਇਹ ਗੱਲਾਂ ਤਾਂ ਕਰਦੇ ਪਏ ਹਾਂ ਕਿਉਂਕਿ ਜਿਸ ਖੇਡ ਮੈਦਾਨ ਦੇ ਵਿੱਚ ਕਹਿੰਦੇ ਆ ਕਿ ਜ਼ਮੀਨੀ ਪੱਧਰ ਤੋਂ ਕਿਵੇਂ ਕੋਚ, ਬਾਈ ਜੀ ਹੁਣੀ ਹੁਣ ਕੋਚ ਸਾਹਿਬ ਵੀ 13-14 ਸਾਲ ਹੋ ਗਏ ਸਿਖਾਉਂਦਿਆਂ ਨੂੰ, ਇਹੀ ਬੱਚਿਆਂ ਨੇ ਅੱਗੇ ਭਾਵੇਂ ਸਟੇਟ ਦੀ ਗੱਲ ਹੋਵੇ, ਭਾਵੇਂ ਨੈਸ਼ਨਲ, ਭਾਵੇਂ ਇੰਟਰਨੈਸ਼ਨਲ ਦੀ ਗੱਲ ਹੋਵੇ, ਇੱਥੋਂ ਹੀ ਉੱਪਰ ਜਾਣਾ। ਜੇਕਰ ਸਰ ਗੱਲ ਕੀਤੀ ਜਾਵੇ, ਇਹ ਬੱਚੇ ਜਦੋਂ ਤੁਹਾਡੇ ਕੋਲ ਆਉਂਦੇ ਆ, ਤੁਸੀਂ ਵਾਰਮ ਅਪ ਕਰਾਉਂਦੇ ਹੋ, ਕਈ ਵਾਰੀ ਸੱਟ ਫੇਟ ਵੀ ਲੱਗ ਜਾਂਦੀ ਹੈ, ਫਿਰ ਡਰੈਸਿੰਗ ਜਾਂ ਮੌਕੇ ਤੇ ਫਸਟ ਏਡ ਦਾ ਕਿਵੇਂ ਦਾ ਪ੍ਰੋਵੀਜ਼ਨ ਕੀਤਾ? ਫਸਟ ਏਡ ਦਾ ਵੀ ਤਕਰੀਬਨ ਆਪ ਵੀ ਕਰ ਲਈਦਾ ਵਾ, ਮਾੜਾ ਮੋਟਾ ਤਾਂ ਹੁੰਦਾ ਹੀ ਆ, ਤੇ ਬੱਚੇ ਨੂੰ ਦੱਸ ਦੇਈਦਾ ਵੀ ਆਹ ਕਰਨਾ ਘਰ ਜਾ ਕੇ, ਤੇ ਬਾਕੀ ਸਾਡੇ ਹਸਪੀਟਲ ਹੈਗਾ ਕੋਲੇ, ਇਹ ਬਹੁਤ ਵੱਡੀ ਸੁਵਿਧਾ ਹੈ, ਮਿਲ ਜਾਂਦੀ ਹੈ। ਜਦੋਂ ਬੱਚੇ ਖੇਡਦੇ ਆ, ਸਿਖਲਾਈ ਤੁਸੀਂ ਦਿੰਦੇ ਹੋ, ਤਾਂ ਮਾਪੇ ਵੀ ਆ ਕੇ ਮਿਲਦੇ ਹੋਣੇ ਆ, ਬਹੁਤ ਕੀ ਕਹਿੰਦੇ ਹੁੰਦੇ? ਉਹ ਕਦੇ ਵੀ ਸਾਨੂੰ ਬਹੁਤ ਖੁਸ਼ੀ ਹੁੰਦੀ ਆ, ਸਾਡਾ ਬੱਚਾ ਕੋਈ ਕੋਈ ਫੋਨ ਦੇ ਵਿੱਚ ਰੁੱਝਿਆ ਹੋਇਆ ਉਹ ਹਟ ਜਾਂਦਾ, ਕੋਈ ਕੁਰਕਰੇ ਖਾਂਦਾ, ਕੋਈ ਲੇਜ਼ ਖਾਂਦਾ, ਮਾੜੀ ਚੀਜ਼ਾਂ ਖਾਂਦੇ ਆ, ਹੁਣ ਇੱਥੋਂ ਦੀ ਡਾਇਟ ਦੱਸਣੀ ਸੀ, ਹੁਣ ਬੱਚਾ ਉੱਥੋਂ ਡਾਇਟ ਉਹੀ ਖਾਂਦਾ, ਫਿਰ ਘਰਦੇ ਨੂੰ ਕਹਿੰਦਾ ਮੈਂ ਬਨਾਨਾ ਸ਼ੇਕ ਬਣਾਓ, ਮੈਨੂੰ ਕੇਲੇ ਦਿਓ, ਅੰਡੇ, ਐੱਗ ਵਗੈਰਾ ਸਾਰਾ ਕੁਛ। ਅੱਛਾ, ਅਤੇ ਇਹ ਚੀਜ਼ਾਂ ਲੈ ਕੇ ਵੀ ਬਹੁਤ ਚੰਗਾ ਸਮਝਦੇ ਵੀ ਬੱਚਾ ਸਾਡਾ ਟਾਈਮ ਸਿਰ ਸੌ ਜਾਂਦਾ, ਟਾਈਮ ਸਿਰ ਉੱਠਦਾ। ਮਤਲਬ ਹੁਣ 22 ਬੱਚੇ ਤੁਹਾਡੇ ਪਿੰਡ ਦੇ ਖੇਡਦੇ ਪਏ ਆ? ਨਹੀਂ, ਵੱਧ ਆ ਜੀ, ਬੱਚੇ ਵੱਧ ਖੇਡਦੇ ਪਏ? ਹਾਂ, 40-50 ਬੱਚੇ ਨੇ। ਅਤੇ ਇਹ ਕਿੰਨੇ ਟਾਈਮ ਦਾ ਹੁਣ ਇਹ ਲੱਗਿਆ ਹੋਇਆ ਮੈਚ? ਇਹ 5:30, ਹੁਣ ਗਰਮੀ ਕਰਕੇ 5:30 ਸੀਗੇ। ਅੱਛਾ, ਲਾਉਂਦੇ ਅਸੀਂ। ਅੱਛਾ,
ਤੇ ਨਹੀਂ ਮੈਂ 4:30 ਤੋਂ 7 ਵਜੇ ਤੱਕ 4:30 ਤੋਂ 7 ਵਜੇ ਲੱਗੇ ਰਹਿੰਦੇ ਆ ਬੱਚੇ। ਮੇਰੇ ਤਾਂ ਮਤਲਬ ਐ ਆ ਵੀ ਘਰੇ ਗਏ ਤੇ ਦੁੱਧ ਪੀਤਾ ਰੋਟੀ ਖਾ ਕੇ ਸੌਂ ਗਏ। ਹਾਂਜੀ ਇਹ ਵਧੀਆ ਗੱਲ ਆ। ਅੱਛਾ ਜੇਕਰ ਹੁਣ ਜਿਹੜੇ ਬੱਚੇ ਖੇਡਦੇ ਪਏ ਆ ਕਈ ਮੱਧਮ ਘਰਾਂ ਤੋਂ ਵੀ ਸਾਹਮਣੇ ਆ ਜਾਂਦੇ ਹਨ ਹਨਾ, ਉਹਨਾਂ ਉਹ ਕਹਿੰਦੇ ਅਸੀਂ ਵਰਦੀਆਂ ਨਹੀਂ ਲੈ ਸਕਦੇ ਜਾਂ ਸ਼ੂ ਨਹੀਂ ਲੈ ਸਕਦੇ, ਉਹਨਾਂ ਵਾਸਤੇ ਫਿਰ ਕੀ ਪ੍ਰੋਵੀਜ਼ਨ? ਉਹਨਾਂ ਵਾਸਤੇ ਪ੍ਰੋਵੀਜ਼ਨ ਆ ਸਾਡੇ ਜੇ ਇੱਥੋਂ ਦੇ ਪਲੇਅਰ ਗਏ ਹੋਏ ਆ ਬਾਹਰ ਗਏ ਆ ਤੇ ਉਹ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਦੱਸੋ ਅੱਛਾ ਪੈਂਤੀ ਲੋੜ ਆ ਜਾਂ ਕਿਸੇ ਨੇ ਬੂਟ ਲੈ ਤੇ ਜਰਸੀਆਂ ਲੈ ਤੀਆਂ 50-50 ਹੁਣ ਜਾਂ ਆ ਜਰਸੀਆਂ ਲੈ ਕੇ ਦਿੱਤੀਆਂ 50,000 ਇੱਕ ਮੁੰਡੇ ਨੇ ਭੇਜਿਆ ਸੀ, ਸਾਰਾ ਕਿੱਟਾਂ ਵਗੈਰਾ ਸਾਰਾ ਬੂਟ ਵਗੈਰਾ ਸਾਰਾ ਟੋਟਲੀ ਲੈ ਲਿਆ ਸਮਾਨ ਜੋ ਵੀ ਸੀਗਾ। ਹੁਣ ਵੀ ਉਹ ਕਹਿੰਦੇ ਵੀ ਹੁਣ ਵੀ ਦੱਸੋ ਜੇ ਤੀ ਲੋੜ ਆ ਸਾਨੂੰ ਉੱਧਰੋਂ ਬਹੁਤ ਪੈਸਾ NRI ਬਹੁਤ ਕਰਦੇ ਆ NRI ਵੀਰ ਬਹੁਤ ਪੈਸਾ। ਹਾਂਜੀ ਬਾਕੀ ਸਪੋਰਟਸ ਕਲੱਬ ਦੇ ਵਿੱਚ ਮੈਂਬਰ ਵੀ ਨੇ ਸਾਰੇ। ਪਰ ਜਿਹੜਾ ਦੇ ਖੇਡ ਮੈਦਾਨ ਦੇਖਿਆ ਗਿਆ ਇਹ ਪੰਜਾਬ ਦੇ ਬਹੁਤੇ ਖੇਡ ਬਾਜ਼ਾਰ ਇੰਨੇ ਵਧੀਆ ਸਮਾਰਟ ਨਹੀਂ ਬਣੇ ਹੋਏ ਤਾਂ ਇਹ ਫਿਰ ਕਿਹਦਾ ਯੋਗਦਾਨ ਮੰਨਦੇ ਹੋ? ਇਹ ਸਪੋਰਟਸ ਕਲੱਬ ਦਾ ਯੋਗਦਾਨ ਹੈ। ਸਪੋਰਟਸ ਕਲੱਬ ਇਆਲੀ ਸਾਹਿਬ ਨੇ ਸਾਡਾ ਬਣਾਇਆ ਸੀ ਇਹ। ਅੱਛਾ ਸਾਂਭਣਾ ਫਰਜ਼ ਆਪਣਾ। ਇਆਲੀ ਸਾਹਿਬ ਬਹੁਤ ਨਾਂ ਸੁਣਿਆ ਹੈ, ਇਆਲੀ ਸਾਹਿਬ ਵੀ ਬਹੁਤ ਉਹਨਾਂ ਨੇ ਤਿਆਰ ਕਰਵਾਇਆ ਸੀ। ਅੱਛਾ ਬਾਕੀ ਸਾਂਭ ਸਵਾਲ ਸਾਡੀ ਕਲੱਬ ਕਰਦੀ ਆ। ਅੱਛਾ ਤੇ 2-3 ਬੰਦੇ ਪੱਕੇ ਡੇਲੀ ਰੱਖੇ ਆ ਤੇ ਮਹੀਨੇ ਦੀ ਪੇ ਉਹਨਾਂ ਨੂੰ ਵੀ ਦਿੰਦੇ ਮਹੀਨੇ। ਅੱਛਾ ਉਹਨਾਂ ਨੇ ਪਾਣੀ ਲਾਉਣਾ ਦੇਖੋ ਹੁਣ ਕਿੰਨੀ ਗਰਮੀ ਦੇ ਵਿੱਚ ਗਿੱਲੀ ਪਈ ਆ ਗਰਾਊਂਡ। ਕਿਆ ਬਾਤ ਹੈ। ਪਾਣੀ ਲਾਉਣਾ ਫੁਆਰੇ ਲੱਗੇ ਸਾਡੇ ਲਾ ਦਿੰਦੇ ਹਾਂ ਵੱਡੀਆਂ ਮੋਟਰਾਂ ਨੇ। ਅੱਛਾ ਤੇ ਕਿਸੇ ਨੂੰ ਘਾਹ ਕੱਟਣਾ ਸਾਰੇ ਤੁਸੀਂ ਕਹਿੰਦੇ ਹੋ ਜਾਂ ਤਾਂ ਵੀ ਇਆਲੀ ਸਾਹਿਬ ਨੇ ਮੈਦਾਨ ਬਣਾਤਾ ਜਿਹੜੇ ਬਾਹਰਲੇ ਸੱਜਣ ਮਾਂ ਉਹ ਹੈਲਪ ਕਰ ਦਿੰਦੇ। ਹਾਂਜੀ ਹਾਂਜੀ। ਕੀ ਜਿਹੜੀ ਸਮੇਂ-ਸਮੇਂ ਦੀ ਸਰਕਾਰਾਂ ਹੁੰਦੀਆਂ ਉਹ ਨਹੀਂ ਪੈਰ ਧਰਦੀਆਂ ਕਿ? ਨਾ ਜੀ ਸਮੇਂ-ਸਮੇਂ ਸਰਕਾਰਾਂ ਦਾ ਕੋਈ ਨਹੀਂ ਸਾਨੂੰ ਸਹਿਯੋਗ ਹੈਗਾ। ਅੱਛਾ ਵੀ ਜਿਵੇਂ ਇੰਨੇ ਵਧੀਆ ਤੁਹਾਨੂੰ ਦਿੰਦੇ ਇਹ ਤਾਂ ਮੈਨੂੰ ਲੱਗਦਾ ਮਾਹੌਲ ਐ ਬਣਿਆ ਹੋਇਆ ਜਿਵੇਂ ਪ੍ਰੋਪਰ ਕੋਈ ਗੇਮ ਚੱਲਦੀ ਹੋ। ਹਾਂਜੀ ਹਰ 2 ਵਜੇ ਇੱਕ ਨਹੀਂ ਹੁੰਦਾ ਹਰ ਰੋਜ਼ ਐਵੇਂ ਹਰ ਰੋਜ਼। ਅਜੇ ਵੀ ਹੁਣ ਬੱਚੇ ਨਾ ਗਏ ਹੋਏ ਆ ਛੁੱਟੀਆਂ ਕਰਕੇ ਕੋਈ ਨਾਨਕਿਆਂ ਨੂੰ ਗਿਆ ਕੋਈ ਕਿਤੇ ਰਸਤੇ 'ਚ ਗਿਆ ਮੇਰੇ ਹਿਸਾਬ ਦੇ ਨਾਲ 25-30 ਕੁ ਬੱਚੇ ਗਏ ਹੋਏ ਆ। ਅੱਛਾ ਫਿਰ ਤੋਂ 15 ਤਾਂ ਮੇਰੇ ਕੋਲ ਗਏ ਨਹੀਂ ਕਦੇ ਪਿੰਡ ਦੇ ਜਿਹੜੇ ਮਤਲਬ ਸਰਪੰਚ ਹੋਣੀ ਹੈਗੇ ਆ ਜਾਂ ਹੋਰ ਉਹਨਾਂ ਨੇ ਕਦੇ ਸਰਕਾਰ ਨਾਲ ਦਰਬਾਰੇ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ? ਸਰਕਾਰ ਆ ਜੀ ਇਉਂ ਕਹਿੰਦੇ ਵੀ ਆ ਜਾਇਓ ਤੁਸੀਂ ਚੰਡੀਗੜ੍ਹ ਤੁਹਾਨੂੰ ਆਹ ਦੇ ਦਿਆਂਗੇ ਤੁਹਾਨੂੰ ਉਹ ਦੇ ਦਿਆਂਗੇ ਤੁਹਾਨੂੰ ਪਤਾ ਹੀ ਹੈ ਖੇਡ ਮੰਤਰੀ ਜਿਵੇਂ ਸਾਡੇ ਮੀਂਹ ਤੇ ਹੀ ਰਹੇ। ਹਾਂਜੀ ਹਾਂਜੀ ਤੇ ਦਿੰਦੇ ਤਾਂ ਸਾਹ ਕਹਿ ਤਾਂ ਦਿੰਦੇ ਆ ਪਰ ਕਰਦੇ ਨਹੀਂ। ਅੱਛਾ ਇੱਕ ਆਪਾਂ ਲਾਸਟ ਥੋੜ੍ਹੇ ਅਖੀਰਲੇ ਸਵਾਲਾਂ 'ਤੇ ਆ ਜਾਂਦੇ ਹਾਂ। ਜੇਕਰ ਐਜ਼ ਏ ਕੋਚ ਤੁਹਾਡੇ ਮਨ ਦੇ ਵਿੱਚ ਪਹਿਲੀ ਚੀਜ਼ ਹੋਵੇ ਵੀ ਆਹ ਚੀਜ਼ ਸਾਨੂੰ ਚਾਹੀਦੀ ਤਾਂ ਕਿਹੜੀ ਚੀਜ਼ ਆ? ਸਾਨੂੰ ਤਾਂ ਜੀ ਇੱਕ ਕੋਚ ਹੋਵੇ ਵਧੀਆ ਬੱਚਿਆਂ ਨੂੰ, ਐਥਲੈਟਿਕਸ ਦਾ ਕੋਚ ਹੋਵੇ, ਇਕੱਲਾ ਫੁੱਟਬਾਲ ਨਾ ਹੋਵੇ। ਕਈ ਬੱਚੇ ਭੱਜਣ 'ਚ ਚੰਗੇ ਹੁੰਦੇ ਆ, ਕੋਈ ਵਾਲੀਬਾਲ ਚੰਗਾ ਹੁੰਦਾ, ਕੋਈ ਹਰ ਇੱਕ ਤਰ੍ਹਾਂ ਦਾ ਜਿਸ ਤਰ੍ਹਾਂ ਦਾ ਸਾਡਾ ਮਾਹੌਲ ਆ ਸਾਨੂੰ ਹਰ ਤਰ੍ਹਾਂ ਦੇ ਕੋਚ ਚਾਹੀਦੇ। ਹਰ ਤਰ੍ਹਾਂ ਕੋਚ। ਹਾਂਜੀ ਇੱਕ ਲਾਸਟ ਦੂਜੀ ਗੱਲ ਹੋਰ ਕੀ ਚਾਹੀਦਾ? ਬਸ ਹੋਰ ਸਪੋਰਟ ਕਰੇ ਗੌਰਮੈਂਟ ਤਾਂ ਪਹਿਲੀ ਗੱਲ ਤਾਂ ਇਹੀ ਚਾਹੀਦੀ ਆ ਵੀ ਜਿੱਥੇ ਪਲੇਅਰ ਜ਼ਿਆਦਾ ਨੇ ਉੱਥੇ ਸਪੋਰਟ ਕਰਨੀ ਚਾਹੀਦੀ ਆ। ਓਕੇ ਹਾਂਜੀ ਅਤੇ ਬਾਕੀ ਕੋਚ ਦੇਣ ਬਾਕੀ ਸਮਾਨ ਦੇਣ ਖੇਡਣ ਦਾ ਸਾਰਾ। ਅਸੀਂ ਇੱਕ ਚੀਜ਼ ਬੜੀ ਦੇਖੀ ਆ, ਅਸੀਂ ਖਿਡਾਰੀਆਂ ਦੇ ਨਾਲ ਇੰਟਰਵਿਊ ਕਰਦੇ ਰਹਿੰਦੇ ਹਾਂ, ਖਿਡਾਰੀ ਕਹਿੰਦੇ ਅਸੀਂ ਜੀ ਖੇਡ ਵੀ ਲਏ ਨੈਸ਼ਨਲ ਇੰਟਰਨੈਸ਼ਨਲ ਵੀ ਚਲੇ ਗਏ ਪਰ ਹੁਣ ਅਸੀਂ ਕਰੀਏ ਕੀ ਪੰਜਾਬ 'ਚ ਆ ਕੇ? ਉਹ ਦਿਖਾਂ ਤਾਂ ਬੜਾ ਅਫਸੋਸ ਬੜਾ, ਉਹ ਤਾਂ ਬੜਾ ਅਫਸੋਸ ਵਾਲੀ ਗੱਲ ਆ ਜੀ। ਸਰਕਾਰਾਂ ਕੋਈ ਕਮ ਸੇ ਕਮ ਜਿਹੜਾ ਖਿਡਾਰੀ ਯੋਗਤਾ ਦੇ ਹਿਸਾਬ ਨਾਲ ਉਹਦੇ ਕੋਲ ਸਰਟੀਫਿਕੇਟ ਨੇ ਉਹਨੂੰ ਉਸ ਹਿਸਾਬ ਦਾ ਨੌਕਰੀ ਦੇਣੀ ਚਾਹੀਦੀ, ਜਿਵੇਂ ਹਰਿਆਣੇ ਦੀ ਗੱਲ ਕਰਦੇ ਬਹੁਤ ਪ੍ਰਫੁੱਲਤ। ਹਾਂ ਬਹੁਤ ਆ, ਹੁਣ ਬੱਚੇ ਨੈਸ਼ਨਲ ਇੰਟਰਨੈਸ਼ਨਲ ਖੇਡ ਗਏ ਉਹਨੂੰ ਕੋਈ ਨੌਕਰੀ ਨਹੀਂ ਮਿਲਦੀ, ਬੱਚੇ ਦਾ ਦਿਮਾਗ ਟੁੱਟ ਜਾਂਦਾ। ਕਮ ਸੇ ਕਮ ਪੰਜਾਬ ਪੋਲਸੀ ਦੇ ਦਿਓ, ਬੱਚਾ ਗਾਹਾਂ ਹੋਰ 5-7 ਸਾਲ ਖੇਡ ਸਕਦਾ। ਸੋ ਇਹ ਗੱਲਾਂ ਭਾਵੇਂ ਅਸੀਂ ਘੰਟਾ ਹੋਰ ਕਰਦੇ ਰਹੀਏ ਪਰ ਕਹਿੰਦੇ ਆ ਕਿ ਖੇਡ ਮੈਦਾਨ ਦੀ ਅਸੀਂ ਥੋੜ੍ਹੀ ਜਿਹੀ ਕਹਿੰਦੇ ਵੀ ਗਰੀਬਾਂ ਨੂੰ ਹਟਾਉਂਦੇ ਪਏ ਹਾਂ, ਵਿੱਚ ਬੜੇ ਹੋਏ ਹਾਂ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਆ ਕਿ ਮੌਕੇ 'ਤੇ ਗਰਾਊਂਡ ਜ਼ੀਰੋ ਤੋਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਆ, ਕੁਝ ਤਸਵੀਰਾਂ ਨੇੜਿਓਂ ਵੀ ਲੈਣ ਦੀ ਕੋਸ਼ਿਸ਼ ਕਰਾਂਗੇ ਖੇਡ ਮੈਦਾਨ ਦੀਆਂ। ਇਸ ਸਭ ਦੇ ਵਿੱਚ
ਇਹ ਖੜ੍ਹੇ ਹਾਂ ਪਿੰਡ ਸਰਾਭਾ, ਲੁਧਿਆਣਾ ਦਾ ਪਿੰਡ ਸਰਾਭਾ। ਅਤੇ ਇਸ ਪਿੰਡ ਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਦੇ ਵੱਲੋਂ ਉਤਸ਼ਾਹ ਦੇ ਨਾਲ ਫੁੱਟਬਾਲ ਜਾਂ ਹੋਰ ਚੀਜ਼ਾਂ ਖੇਡੀਆਂ ਜਾ ਰਹੀਆਂ ਨੇ, ਇਸ ਨੂੰ ਦੇਖ ਕੇ ਤੁਹਾਨੂੰ ਕੀ ਲੱਗਿਆ? ਤੁਹਾਡਾ ਕਿਹੜਾ ਪਿੰਡ ਆ? ਅਤੇ ਨਾਲ ਦੀ ਨਾਲ ਪੰਜਾਬ ਨੂੰ ਲੈ ਕੇ ਬਾਹਰ ਬੈਠੇ ਸੱਜਣਾਂ ਦੇ ਕੀ ਖਿਆਲ ਹੈ, ਜ਼ਰੂਰ ਕਮੈਂਟ ਬਾਕਸ ਰਾਹੀਂ ਜਾਂ ਸਾਨੂੰ ਫੋਨ ਕਰਕੇ ਦੱਸਣ ਦੀ ਕੋਸ਼ਿਸ਼ ਕਰਿਓ। ਤੁਹਾਡੇ ਸੁਝਾਵਾਂ ਨੂੰ ਅਸੀਂ ਹੋਰ ਅੱਗੇ ਲੈ ਕੇ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ।